ਲੀਟਰ ਤਾਂ ਬੜਾ ਹੁੰਦਾ ਜੀ, ਦੋ ਟਾਈਮ ਚਵਾ ਕੇ ਦੇਵਾਂਗਾ ਬਾਈ। ਪੱਕੀ ਗੱਲ ਹੈ? ਹਾਂਜੀ, 20 ਕਿਲੋ ਤੋਂ ਬਾਈ ਜੀ ਛਿਟਾ ਸੇਰ ਵੀ ਘਟੇ। ਅੱਛਾ ਜੀ, ਤੇ ਮਾਇ ਸਾਡੀ ਮੁਕਤੀ, ਤੇਰਾ ਦਿਲ ਨਹੀਂ ਕਰਨਾ ਛੱਡਣ ਨੂੰ, ਬਸ ਕਰ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਉਮੀਦ ਕਰਤਾ ਹੂੰ ਸਭ ਦੇਖਣੇ ਵਾਲੇ ਦੋਸਤ ਖੈਰੀਅਤ ਸੇ ਹੋਂਗੇ। ਮੈਂ ਹੂੰ ਅਬੂ ਕਾਸ਼ਾ ਜੀ, ਆਜ ਮੈਂ ਮੌਜੂਦ ਹੂੰ ਨੂਰਸ਼ਾਹ ਕੇ ਇਲਾਕੇ ਮੇਂ, ਮਸਲੀਆਂ ਕੀ ਚੁਗੀਆਂ ਮੇਂ, ਜਹਾਂ ਭਾਈ ਇਮਰਾਨ ਕੇ ਪਾਸ ਇੱਕ ਭੈਂਸ ਹੈ, ਤੀਸਰਾ ਸੂਆ ਡਿਲੀਵਰ ਕੀਆ ਹੈ। ਅਭੀ ਥੋੜ੍ਹੇ ਦਿਨ ਹੀ ਹੋ ਗਏ, ਤਿੰਨ ਚਾਰ ਦਿਨ ਹੋ ਗਏ ਨਾ, ਅਭੀ ਸੱਤ ਦਿਨ ਹੋ ਗਏ ਨੇ, ਹਾਂਜੀ ਸੱਤ ਦਿਨ ਹੋ ਗਏ ਨੇ ਜੀ ਡਿਲੀਵਰ ਕੀਤਾ ਹੈ। ਅਤੇ ਉੱਥੇ ਮੌਜੂਦ ਹਾਂ, ਅਤੇ ਲੋਕੇਸ਼ਨ ਹੈਗੀ ਹੈ ਨੂਰਸ਼ਾਹ ਦਾ ਇਲਾਕਾ ਹੈ, ਮਸਲੀਆਂ ਚੁਗੀਆਂ, ਤਹਿਸੀਲ ਜ਼ਿਲ੍ਹਾ ਸਹੀਵਾਲ ਜੀ। ਨੂਰਸ਼ਾਹ ਰੋਡ 'ਤੇ ਅਸੀਂ ਮੌਜੂਦ ਹਾਂ, ਨੂਰਸ਼ਾਹ ਅਤੇ ਗੈਂਬਰ ਰੋਡ 'ਤੇ ਮੌਜੂਦ ਹਾਂ ਜੀ। ਰੋਡ ਦੇ ਉੱਤੇ ਮੌਜੂਦ ਹੈਗੇ ਹਾਂ, ਇੱਥੇ ਇੱਕ ਦੋ ਦਫ਼ਾ ਮੱਝਾਂ ਦੀ ਵੀਡੀਓ ਬਣਾਈ ਸੀ, ਸ਼ਹਿਰ ਇੱਕ ਮੱਝ ਅਸੀਂ ਲੈ ਕੇ ਗਏ, ਉਹਦੀ ਵੀਡੀਓ ਬਣਾਈ ਸੀ ਜੀ। ਅਤੇ ਚੰਗੀ ਮੱਝ ਮਾਸ਼ਾਅੱਲਾ ਤੀਸਰਾ ਸੂਆ, ਚੰਗੀ ਕੱਦ ਕਾਠ ਹੈ, ਸਿਰ ਮੱਥਾ ਸੋਹਣਾ, ਹਰ ਪਾਸੋਂ ਚੰਗੀ ਮੱਝ ਹੈ। ਅਤੇ ਉਹ ਮੱਝ ਖਾਣੇ ਇਨਸ਼ਾਅੱਲਾ, ਅਤੇ ਬਾਈਰਾਂ ਨਾਲ ਗੱਲ ਕਰਨੀ ਹੈ ਕਿ ਮੁੱਲ ਛੋਲੇ, ਅਤੇ ਲਾਈਵ 'ਚ ਵਾਈਵ ਕਰਾਵਾਂਗੇ ਦੁੱਧ ਦੁੱਧ ਦੇ, 20-22 ਕਿਲੋ ਬਾਈਰ ਦੁੱਧ ਦੱਸਦੇ ਪਏ ਨੇ, ਬਾਕੀ ਇਨਸ਼ਾਅੱਲਾ ਅਸੀਂ ਹੈ ਵੀ ਲਾਈਵ 'ਚ ਵਾਈ ਕਰਾਵਾਂਗੇ, ਅਤੇ ਬਾਈਆਂ ਦਿਖਾਵਾਂਗੇ ਵੀ ਕੀ ਹਿਸਾਬ ਕਿਤਾਬ ਹੈਗਾ। ਅੱਛਾ ਬਾਈ, ਇਹਦੇ ਸਾਹਮਣੇ ਆਏ ਤੁਹਾਡੇ ਗੱਲ ਕਰਨੀ। ਅਸਲਾਮ ਵਾਲੇਕੁਮ ਜੀ। ਅੱਛਾ ਬਾਈ, ਪਹਿਲਾਂ ਤਾਂ ਆਪਣਾ ਨਾਮ ਦੱਸਿਆ ਜੇ, ਕੀ ਨਾਮ ਹੈ? ਮੁਹੰਮਦ ਅਕਰਮ। ਅਤੇ ਲੋਕੇਸ਼ਨ ਕਿਹੜੀ ਹੈ? ਨੂਰਸ਼ਾਹ ਇਲਾਕਾ। ਅਤੇ ਜਿਹੜਾ ਬਸਤੀ, ਇਹਦਾ ਕੀ ਨਾਮ ਹੈ? ਸੰਤਾਲੀ ਸਤਾਹਠ ਤੀਹ ਨੌ ਸੌ ਚੌਂਹਠ। ਅੱਛਾ ਭਾਈ, ਜਿਹੜੀ ਆਪਣੀ ਉਹ ਮੱਝ ਵਪਾਰ ਦੀ ਲੈ ਕੇ ਆਉਂਦੀ? ਅੱਛਾ, ਕਿੰਨੇ ਦਿਨ ਹੋ ਜਾਂਦੀ? ਕੱਲ ਰਾਤ ਲੈ ਕੇ ਆਉਂਦੀ। ਕਿੰਨਵੇਂ ਸੂਏ? ਤੀਸਰਾ ਸੂਆ ਸੂਈ ਹੈ। ਤੇ ਦੁੱਧ ਕਿੰਨਾ ਥੱਲੇ ਹੈਗਾ? ਦੁੱਧ ਬਾਜੀ 20 ਲੀਟਰ ਹੈਗਾ। ਸਾਡੀ 20 ਲੀਟਰ ਤਾਂ ਬੜਾ ਹੁੰਦਾ ਜੀ, ਦੋ ਟਾਈਮ ਚਵਾ ਕੇ ਦੇਵਾਂਗਾ। ਪੱਕੀ ਗੱਲ ਹੈ? ਹਾਂਜੀ, 20 ਕਿਲੋ ਤੋਂ ਬਾਈ ਜੀ ਛਿਟਾ ਸੇਰ ਵੀ ਘਟੇ। ਅੱਛਾ ਜੀ, ਤੇ ਮਾਝ ਸਾਡੀ ਮੁਕਤੀ ਦੇਵਾਂਗਾ। ਠੀਕ ਹੋ ਗਿਆ ਜੀ, ਮਾਸ਼ਾਅੱਲਾ ਗੱਲ ਡੰਗ ਹੋ ਗਿਆ, ਸੁਣੇ ਜੀ ਬੋਲੇ ਜੀ ਮੱਝ। ਅੱਛਾ ਜੀ ਜੀ, ਮਾਸ਼ਾਅੱਲਾ ਮੱਝ 'ਚ ਵੀ ਸ਼ੱਕ ਕੋਈ ਨਹੀਂ ਹੈਗਾ, ਕਾਲੀ ਸ਼ਾਹ ਮੱਝ ਹੈ, ਤੇ ਚਿੱਟੀ ਇੱਕ ਚਿੱਟੀ ਹੈ ਤੇ ਕਾਲੀ, ਚਿੱਟੀ ਦੋਵਾਂ ਜਵਾਬ ਹੈ ਨੇ, ਇੱਕ ਕਾਲੀ ਆਖੀ, ਇੱਕ ਆਖੇ ਚਿੱਟੀ, ਮੈਂ ਹੈ ਜਵਾਬ ਹੈ ਬਾਈ। ਅੱਛਾ, ਠੀਕ ਹੈ ਮਾੜਾ ਜੀ, ਇੱਕ ਚਿੱਟੀ ਹੈ ਤੇ ਇੱਕ ਥੋੜੀ ਕਾਲੀ, ਉਹਦੇ ਵਿੱਚ ਥੋੜੀ ਚਿੱਟੀ ਜੀ ਲਹਿਰ ਹੈਗੀ, ਹੈਨਾ? ਤੇ ਗੋਲ ਗੋਲ ਸਿੰਘ ਚੂਰ ਕੁੰਡਾ ਸਿੰਘ, ਮਾਸ਼ਾਅੱਲਾ ਤਕਰੀਬਨ ਕੋਈ 9 ਫੁੱਟ ਲੰਮੀ ਮੱਝ ਹੈ, ਮਾਸ਼ਾਅੱਲਾ ਕੱਦ ਵੀ ਚੰਗਾ, ਹੱਡੀਆਂ ਚੰਗੀਆਂ ਨੇ, ਪੁੱਠਾ ਚੰਗਾ, ਪੁਛਲ ਨਹੀਂ, ਬਰੀਕ ਪਰਾਂਦੇ ਵਰਗੀ ਪੁਛਲ ਹੈ, ਤੇ ਥੱਲੋਂ ਚੱਡਾ ਜਿਹੜਾ ਸਾਰ ਨਾਲ ਲੱਗਾ ਹੋਇਆ, ਮਾਸ਼ਾਅੱਲਾ ਥਣ ਬੜਾ ਸੋਹਣਾ ਮੱਝ ਨੂੰ ਲੱਗਾ ਹੋਇਆ, ਤੇ ਥੋੜ੍ਹਾ ਜਿਹਾ ਮੁੜ੍ਹ ਤੋਂ ਜੇਬ 'ਚ, ਲੇਕਿਨ ਚੰਗਾ ਮੱਝ ਥਣ ਲੱਗਾ ਹੋਇਆ, ਜਿਹੜਾ ਮੱਝ ਨੂੰ ਸੋਹਣਾ ਲੱਗਦਾ ਮਾਸ਼ਾਅੱਲਾ, ਪੁੱਠਾ ਮੱਝ ਦਾ ਚੰਗਾ, ਅਤੇ ਮੈਂ ਜਿਹੜਾ ਚੱਡਾ ਤਕਰੀਬਨ ਗਿੱਠ ਗਿੱਠ ਬਾਹਰ ਆ ਰਿਹਾ ਮਾਸ਼ਾਅੱਲਾ ਜੋ ਚੁਈ ਜੀ, ਕਿਆ ਕਰੋ ਜੀ। ਅੱਛਾ ਬਾਈ, ਇਮਰਾਨ ਇਹਨਾਂ ਥੋੜ੍ਹਾ ਛੱਡ ਕੇ ਟੁਰਿਆ ਜੀ, ਛੱਡ ਕੇ ਵਿਖਾਇਆ ਜੀ ਯਾਰ, ਇੱਥੋਂ ਸੰਗਲ ਛੱਡਿਆ ਉੱਥੋਂ ਪੈਰ ਤੋਂ। ਹੈਲੋ, ਚੰਗੀ ਮੱਝ ਮਾਸ਼ਾਅੱਲਾ, ਸੋਹਣੀ ਤੇ ਸੁਥਰੀ ਹੈ, ਕਾਲੀ ਸ਼ਾਹ ਥੱਲੇ ਪੈ, ਥੱਲੇ ਮੱਝ ਦੇ ਮਾਸ਼ਾਅੱਲਾ ਥੱਬੇ ਜਿਹੜਾ ਚੱਡਾ ਲਾਇਆ, ਚੈੱਕ ਕਰ ਲਓ ਜੀ। ਬੰਦ ਲਾ ਚੈੱਕ, ਮਾਸ਼ਾਅੱਲਾ ਚੱਡਾ ਤਕਰੀਬਨ ਗਿੱਠ ਗਿੱਠ ਬਾਹਰ ਚੱਡਾ ਆਉਂਦਾ, ਸੋਹਣਾ ਤੇ ਸੁਥਰਾ ਚੱਡਾ, ਤੇ ਬਰੀਕ ਪੁਛਲ ਹੈ, ਖੁੱਚਾਂ ਦਾ ਥੱਲੇ ਪੈਰਾਂ ਦਾ ਥੋੜ੍ਹੀ ਜਿਹੀ ਉੱਚੀ, ਪਰਾਂਦੇ ਵਰਗੀ ਪੁਛਲ ਹੈ, ਪੁੱਠਾ ਚੰਗਾ, ਅੱਡੀਆਂ ਚੰਗੀਆਂ ਨੇ ਮੱਝ ਦੀਆਂ,
ਤੇ ਬਾਕੀ ਇਨਸ਼ਾਅੱਲਾ ਲਾਈਵ ਚਵਾਈ ਕਰਨੇ ਆ, ਤੁਹਾਨੂੰ ਲਾਈਵ ਦਿਖਾਣੇ ਆ ਕਿੰਨਾ ਮਾਜ ਕੋਲ ਦੁੱਧ ਹੈ ਜਾਂ ਵਾਕਈ ਵੀ ਸਿਰ ਹੈਗਾ ਜਾਂ ਨਹੀਂ ਹੈਗਾ, ਗੱਲਾਂ ਨਾਲ ਤੇ ਨਹੀਂ ਹੈਗਾ ਬਾਕੀ। ਤੇ ਅੱਛਾ ਭਾਈ ਇਮਰਾਨ ਫਿਰ ਕਰੋ ਚਵਾਈ, ਫਿਰ ਲਾਓ ਬੱਚਾ, ਬਿਸਮਿਲ੍ਲਾ ਕਰੋ ਸਰ। ਜੀ ਮਾਸ਼ਾਅੱਲਾ ਚਵਾਈ ਸ਼ੁਰੂ ਕਰਨ ਲੱਗੇ ਨੇ ਤੇ ਤੁਹਾਨੂੰ ਦਿਖਾਉਣੇ ਆ ਲਾਈਵ ਚਵਾਈ ਕਰਕੇ ਕਿੰਨਾ ਦੁੱਧ ਮਾਜ ਥੱਲੇ ਹੈ। ਪਹਿਲਾਂ ਗਾੜੀ ਚਵਾਉਂਦੇ ਤੇ ਫਿਰ ਬਾਅਦ 'ਚ ਪਛਾੜੀ ਦੇ ਦੁੱਧ, ਵਾਕਈ ਇਹਨਾਂ ਸੇ ਹੈਗਾ ਕਿ ਗੱਲਾਂ ਨਾਲ ਹੀ। ਤੇ ਇਨਸ਼ਾਅੱਲਾ ਜੋ ਵੀ ਸਾਡਾ ਹੋਵੇ ਤਾਂ ਤੁਹਾਡੇ ਸਾਹਮਣੇ ਹੋਵੇਗਾ, ਇਹ ਨਹੀਂ ਹੋਵੇਗਾ ਕਿ ਮਤਲਬ ਕਿ ਜ਼ਿਆਦਾ ਚੁਵਾਂਗੇ ਜਾਂ ਬਾਅਦ 'ਚ ਗੱਲਾਂ ਨਾਲ। ਬਾਕੀ ਮਾਜ ਪਸਮਾ ਕੇ ਸਾਰੀ ਲਾਈਵ ਚਵਾ ਕੇ ਕਿੰਨਾ ਦੁੱਧ ਹੈਗਾ ਟੋਟਲ ਸਾਰਾ ਤੁਹਾਨੂੰ ਦਿਖਾਉਂਦੇ। ਚਲੋ ਪਤਾ ਲੱਗ ਗਈ ਕਿੰਨੀ ਗਾੜੀ ਹੋਈ ਆ, ਕੀ ਹਿਸਾਬ ਕਿਤਾਬ ਹੈਗਾ ਸਾਰਾ ਕੁਝ ਤੇਰੇ ਸਾਹਮਣੇ। ਮੈਂ ਕਿਹੜਾ ਉੱਤੇ ਵੀ ਖੈਰ ਕਰੇਗਾ ਮੈਂ ਚਾਹੀ ਹੈ ਨਾ ਸਿਰ ਦਾ ਗੱਡਵਾ ਦੇ ਜਾਂ ਸਾਗਾ ਵੀ ਦੇਡਾ ਗੱਡਵਾ ਲੈ ਗਿਆ ਮਾਜੀ ਦਾ ਬੱਚੇ ਨੂੰ ਛੱਡ ਦਿੱਤਾ ਮਾਜੀ ਗੱਡਵਾ ਜੀ ਗਾੜੀ ਦੇ ਵਿੱਚ ਜਿਹੜਾ ਦੁੱਧ ਹੈ ਉਹ ਵੀ ਚੈੱਕ ਕਰਾਣੇ ਆ ਕਿੰਨਾ ਹੁੰਦਾ ਦੰਦ ਦਾ ਤੇ ਰੱਖ ਦੋ ਪਾਸੇ ਅੱਛਾ ਅੱਛਾ ਰੱਖ ਲੈ ਜ਼ਿਮੀਦਾਰਾਂ ਕੋਲ ਜੀ ਆ ਗਾੜੀ ਹੈ ਮਾਜੀ ਦੇ ਲਈ ਦੁੱਧ ਨਾਲ ਮਾਸ਼ਾਅੱਲਾ ਕਿੰਨਾ ਕੋਣਾ ਬਾਲਟਾ ਰਹਿ ਗਿਆ ਬਾਲਟਾ ਬਸ ਥੋੜਾ ਹੀ ਹੁਣ ਰਹਿ ਗਿਆ ਮੇਰੇ ਖੜਾ ਨਾ ਨਹੀਂ ਤੁਸੀਂ ਕੋਲ ਖੜੇ ਨਾ ਆਏ ਲੈ ਚੋ ਚੋਰੀ ਕੀ ਬਸ ਆ ਜਾ ਚੋ ਤਾਂ ਕਿ ਤੂੰ ਚੋ ਯਾਰ ਨਹੀਂ ਬਜਦੀ ਖੜੇ ਰਹਿਣਾ ਮੈਂ ਆ ਵੀ ਚੋਲ ਲਿਆ ਮੈਂ ਚੋਂ ਸਾ ਕੇ ਖਲੋਤੇ ਰਹੀ ਮੈਂ ਆ ਵੀ ਚੋਲ ਨਹੀਂ ਚੋਂ ਭਰ ਕੇ ਤੋ ਖਲੋਤੇ ਦੇਖ ਛੱਡਾਂ ਚੋਰੀ ਯਸ ਬਾਲਟੀ ਮਾਸ਼ਾਅੱਲਾ ਵੀ ਦੋ ਪਿਛਾੜੀ ਚੋਂਦੇ ਪੈਣ ਦੋ ਥਣਾ ਪਿਛਲੀ ਜੋੜੀ ਦਾ ਤੇ ਆ ਅਗਲੀ ਜੋੜੀ ਦਾ ਦੁੱਧ ਪਿਆ ਹੋਇਆ ਤਕਰੀਬਨ 3 ਕਿਲੋ ਹੋਣਾ ਫਿਰ ਤਕਰੀਬਨ 3 ਕਿਲੋ ਇਹਨਾਂ ਦੋਨਾਂ ਉਹਨਾਂ ਦੋ ਅਗਲੇ ਦੋ ਥਣਾਂ ਦਾ ਬਾਕੀ ਜਿਹੜੀ ਪਿਛਲੇ ਦੋ ਥਣਾਂ ਜਿਹੜੀ ਚਵਾਈ ਉਹ ਹੋ ਰਹੀ ਹੈ ਕਿ ਬਾਈ ਸਾਹਿਬ ਚੋਂਦਾ ਪਿਆ ਤੁਹਾਨੂੰ ਦਿਖਾਉਣੇ ਕਿੰਨਾ ਦੁੱਧ ਹੁੰਦਾ ਕਿਸੇ ਬੰਦੇ ਕੋਲ ਮਾਜ ਘਰਾਨੇ ਕੋਲ ਵਗ ਜਾਵੇ ਮਾਜ ਸਾਡੀ ਨਮਾਇਸ਼ ਤੇ ਚੂਣ ਵਾਲੀ ਚਲੋ ਅੱਲਾਹ ਸਾਡੀ ਨਮਾਇਸ਼ ਹੈ ਸਾਰੀ ਦਿਹਾੜੀ ਵਿਚਾਰੀ ਧੱਕੇ ਠੁੱਡੇ ਖਾਂਦੀ ਰਹਿੰਦੀ ਚੜਾਈ ਹੈ ਨਾ ਸਾਕੇ ਭਾਈ ਮੈਂ ਇਨਸ਼ਾਅੱਲਾ ਉਹਦਾ ਮੁਕਾਬਲਾ ਕਰਸੀ ਇਹ ਤੇ ਨੇ ਮਦਦ ਸੇ ਮਾਸ਼ਾਅੱਲਾ ਇੱਕ ਦੂਸਰੀ ਬਾਲਟੀ ਵੀ ਪੜੀ ਗਈ ਜੇ ਭਾਂਡਾ ਹੋਰ ਲਾਇਆ ਭਾਈ ਚਲੋ ਲੈ ਲੈ
ਹਾਲਾਤ ਨਾ ਉਹਨੂੰ ਤਾਂ ਪਿੱਛੇ ਕਰਦੇ ਆ ਪਿੱਛੇ ਮਾਸ਼ਾਅੱਲਾ ਜੀ ਪਿਛਲੇ ਦੋ ਥਾਣਾਂ ਦੇ ਇਕੱਲੀ ਜੋੜੀ ਦਾ ਪਾਲਟੀ ਭਰੀ ਜੇ ਤੇ ਤਕਰੀਬਨ ਡੇਢ ਬਾਲਟੀ ਹੋ ਰਹੀ ਜੇ ਡੇਢ ਤੋਂ ਵੀ ਕੋਈ ਪੌਣੇ ਦੋ ਬਾਲਟੀਆਂ ਨੇ ਥੋੜ੍ਹੀ ਘੱਟ ਸਰ ਸਭ ਤੁਸੀਂ ਲੈ ਲਵਾ ਫੜਾ ਦਿਓ ਆਹ ਬਾਲਟੀ ਫੜ ਲਓ ਜਿਹੜੀ ਦੂਸਰੀ ਸੀ ਬਿਲ ਨਾਲੇ ਸਾਕਿਬ ਦੇ ਗੋਡੇ ਦੇ ਨਾਲ ਰੱਖ ਦੇ ਆਪੇ ਚੁੱਪ ਕਰ ਪਿਆਰਿਆਂ ਨੇ ਪਿਆਰਿਆਂ ਦੇ ਕੁਛ ਨਹੀਂ ਹੁੰਦਾ ਮਾਸ਼ਾਅੱਲਾ ਦੋ ਬਾਲਟੀਆਂ ਭਰੀਆਂ ਜੀ ਕਰਮਾਲੀ ਦੇ ਲਈ ਅੱਜ ਤੱਕ ਦੁੱਧ ਖੜਾ ਹੋਇਆ ਬਸ ਕਰੋ ਛੱਡ ਦਿਓ ਤੇਰਾ ਦਿਲ ਨਹੀਂ ਕਰਨਾ ਛੱਡਣ ਨੂੰ ਬਸ ਕਰ।